ਜ਼ਿਲ੍ਹਾ ਸੰਗਰੂਰ ਦੇ ਦਿੜਵਾ ਵਿਖੇ ਉਸ ਵਕਤ ਸਨਸਨੀ ਭਰਿਆ ਮਾਹੌਲ ਬਣ ਗਿਆ ਜਦੋਂ ਇੱਕ 16 ਸਾਲ ਦੇ ਬੱਚੇ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਕਤਲ ਹੋਣ ਦਾ ਸਮਾਚਾਰ ਮਿਲਿਆ। ਬੱਚਾ ਆਪਣੇ ਪਿਤਾ ਦੇ ਨਾਲ ਕਬਾੜ ਦੀ ਦੁਕਾਨ ਕਰਦਾ ਸੀ, ਪਿੱਛੋਂ ਬਿਹਾਰ ਦਾ ਰਹਿਣ ਵਾਲਾ ਸੀ। ਪੁਲਿਸ ਵੱਲੋਂ ਲਾਸ਼ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਤਕਰੀਬਨ 16 ਸਾਲਾ ਮੋਹਨ ਗੁਪਤਾ ਪੁੱਤਰ ਵਿਸ਼ਨੂੰ ਨਾਰਾਇਣ, ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ 5-6 ਸਾਲਾਂ ਤੋਂ ਦਿੜਬਾ ਵਿਖੇ ਆਪਣੇ ਪਿਤਾ ਦੇ ਨਾਲ ਕਬਾੜ ਦੀ ਦੁਕਾਨ ਦਾ ਕੰਮ ਕਰਕੇ ਆਪਣਾ ਪਾਲਣ ਪੋਸ਼ਣ ਕਰ ਰਿਹਾ ਸੀ, ਪਰ ਬੀਤੀ ਰਾਤ ਭੇਦ ਭਰੇ ਹਾਲਾਤਾਂ ਦੇ ਵਿੱਚ ਉਸਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਦਿੜਬਾ ਪੁਲਿਸ ਦੇ DSP ਇਗਵੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿੱਥੇ ਘਟਨਾ ਵਾਪਰੀ ਹੈ ਅਤੇ ਜਦੋਂ ਅਸੀਂ ਮੌਕਾ ਦੇਖਿਆ ਤਾਂ ਦੁਕਾਨ ਦੇ ਅੰਦਰ ਬੱਚੇ ਦੀ ਲਾਸ਼ ਪਈ ਸੀ, ਜਿਸ ਨੂੰ ਅਸੀਂ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਅਤੇ ਜਾਂਚ ਪੜਤਾਲ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉੱਧਰ ਮ੍ਰਿਤਕ ਦੇ ਪਿੰਡ ਵਾਸੀ ਕੇਵਲ ਗੁਪਤਾ ਨੇ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਇਸਦਾ ਪਿਤਾ ਪਿੰਡ ਗਿਆ ਹੋਇਆ ਸੀ ਅਤੇ ਪਿੱਛੋਂ ਇਹ ਘਟਨਾ ਵਾਪਰ ਗਈ। ਉਸਨੇ ਇਹ ਕਤਲ ਪੈਸੇ ਪਿੱਛੇ ਹੋਣ ਦਾ ਸ਼ੱਕ ਜਤਾਇਆ ਕਿਉਂਕਿ ਉਹ 2 ਦਿਨ ਪਹਿਲਾਂ ਹੀ ਮਾਲ ਵੇਚ ਕੇ ਪੈਸੇ ਲਿਆਇਆ ਸੀ। ਦਿੜਬਾ ਤੋਂ ਕੁਮਾਰ ਸੰਜੀਵ ਦੇ ਨਾਲ ਵਿਨੋਦ ਗੋਇਲ, ਆਜ਼ਾਦ TV ਨਿਊਜ਼। 15-16 ਸਾਲ ਕਾ ਥਾ ਜੀ, 5-6 ਸਾਲ ਸੇ ਉਰੇ ਰਹਤਾ ਥਾ ਜੀ, ਇਹ ਕਬਾੜ ਕਾਮ ਕਰਤਾ ਥਾ। ਕਿਆ ਪਤਾ ਚਲਾ ਆਪਕੋ? ਇਹ ਤੋ ਕੋਈ ਮਾਰਗ ਚਲੇ ਗਿਆ ਜੀ, ਬਾਓ ਬੋਲਤਾ ਪੈਸੇ ਕਾਰਨ, ਪੈਸੇ ਪਰਸੂ 70,000 ਰੁਪਏ ਲੈ ਕੇ ਆਏ, ਪੈਸੇ ਕਾਰਨ ਮਾਰਾ ਹੋਗਾ, ਪਤਾ ਨਹੀਂ ਜੀ। ਆਪਾਂ ਦੇਖੇ ਨੇ ਕਭੀ, ਬਿਲਕੁਲ ਅੱਛਾ ਆਦਮੀ ਥਾ, ਲਰਮ ਥਾ, ਬਿਲਕੁਲ ਸ਼ਰੀਫ ਆਦਮੀ ਥਾ ਜੀ, ਅਭੀ ਕੋਈ ਨਹੀਂ ਥਾ, ਪਿੰਡ ਗਿਆ ਹੈ ਜੀ। ਇਸਕੇ ਸਾਥ ਔਰ ਵੀ ਕੋਈ ਕਾਮ ਕਰਤਾ ਥਾ? ਨਹੀਂ, ਔਰ ਕੋਈ ਨਹੀਂ ਥਾ ਜੀ, ਹਾਂ ਕੋਈ ਜਾਣਕਾਰੀ ਨਹੀਂ। ਅਭੀ ਹਮਕੋ ਪਤਾ ਲਗਾ ਜੀ, NICH ਕੇ ਇੱਕ ਡੈਡ ਬੋਡੀ ਮਿਲੀ ਹੈਗੀ ਜੀ, ਇਹ ਪਤਾ ਕੀਤਾ ਜੀ ਅੱਗੇ ਜਦੋਂ ਇਨਵੈਸਟੀਗੇਟ ਕੀਤਾ। ਇਹ ਮੋਹਨ ਗੁਪਤਾ ਨਾਮ ਦਾ ਬੰਦਾ ਹੈਗਾ ਜੀ, ਇਹ ਬੇਸਿਕਲੀ ਇਜ਼ ਫਰੋਮ ਬਿਹਾਰ ਅਤੇ ਇੱਥੇ ਕਾਫੀ ਟਾਈਮ ਤੋਂ ਆਪਣੀ ਸ਼ੋਪ ਚਲਾ ਰਿਹਾ ਹੈਗਾ ਜੀ, ਸਕ੍ਰੈਪ ਸ਼ੋਪ। ਅਤੇ ਇਹਦਾ ਮਰਡਰ ਉਹ ਕੀਤਾ ਹੋਇਆ ਮੇਰਾ, ਡੈਡ ਬੋਡੀ ਮਿਲੀ ਹੈਗੀ। ਵੀ ਆਰ ਇਨਵੈਸਟੀਗੇਟਿੰਗ ਕਰਕੇ, ਇਨਵੈਸਟੀਗੇਸ਼ਨ ਤੋਂ ਬਾਅਦ ਦੇਖਦੇ ਹਾਂ ਜੀ, ਫਾਈਂਡ ਆਊਟ ਟਰੇਸ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਚੀਜ਼ ਦੇ ਬਾਅਦ ਹੀ ਪਤਾ ਲੱਗੇਗਾ, ਅਜੇ ਤਫਤੀਸ਼ ਜਾਰੀ ਹੈਗੀ ਆ, ਉਸ ਤੋਂ ਬਾਅਦ ਹੀ ਪਤਾ ਲੱਗੇਗਾ।